ਹੈਂ ਤੇ ਕਦੋਂ ਕਰਨਾ? ਤੇਰੇ ਕੁੱਟ ਪਵੇ ਮਾਰ ਲਈਏ ਇੱਕ ਅੱਧਾ ਹੈਂ? ਕੀ ਖਾਧਾ ਅੱਜ? ਹਾਂਜੀ ਇਹ ਵੀਡੀਓ ਬਿਲਕੁਲ ਸੱਚ ਏ, ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਏ। ਬ੍ਰਦਰ ਇਹ ਬੱਚਾ ਅੰਮ੍ਰਿਤ ਆ, ਇਸ ਬੱਚੇ ਦੀ ਵੀਡੀਓ ਆ। ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ, ਰੂਟੀਨ ਵਾਈਜ਼ ਜਿਵੇਂ ਕੰਮ ਲੈਂਦੇ ਆ। ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ। ਕੋਈ ਏਦਾਂ ਨੀ ਇੰਸੀਡੈਂਟ ਨਹੀਂ ਸੀ, ਕੋਈ ਵੀ ਜਾਣ ਬੁੱਝ ਕੇ ਬਣਾਈ ਗਈ ਹੈ। ਮੈਂ ਉਹਨੂੰ ਨੈਚੁਰਲੀ ਪੁੱਛਿਆ, ਬੇਟੇ ਤੂੰ ਇਹ ਆਂਦਾ ਮੈਂ ਕੰਮ ਨੀ ਕੀਤਾ, ਡਰਦਾ ਮਾਰਾ ਕਹਿੰਦਾ ਵੀ ਮੈਂ ਅਜੇ ਕੰਮ ਨੀ ਕੀਤਾ। ਤੇ ਮੈਂ ਆਖਿਆ ਵੀ ਤੂੰ ਕੀਤਾ ਕਿਉਂ ਨੀ, ਤੇਰੇ ਕੁੱਟ ਮਾਰੀਏ ਥੋੜੀ ਬਹੁਤੀ, ਪਿਆਰ ਨਾਲ ਕਿਹਾ। ਉਹ ਬੱਚੇ ਨੂੰ ਮੈਂ ਰੂਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਏ ਹੋ। ਮੈਂ ਉਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ, ਕਹਿੰਦਾ ਜੀ ਮੈਂ ਤਾਂ ਕੁੱਝ ਨੀ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨੀ ਸੀ। ਵਾਕਈ ਬੱਚੇ ਨੂੰ ਮੈਂ ਪਿਆਰ ਦਿੱਤਾ, ਮੈਂ ਆਪਦੇ ਨਾਲ ਲਾਇਆ, ਮੇਰੀ ਵੀ ਚੀਕ ਨਿਕਲੀ ਇੱਕ ਵਾਰੀ। ਤਾਂ ਮੈਂ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਭਰਾ। ਤੇ ਉਦੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ, ਵਾਕਈ ਗੱਲ ਏਦਾਂ ਸੀ। ਉਹਦੀ ਮੰਮੀ ਆਂਦੀ ਸਰ ਵੀ ਅਸੀਂ ਆਟਾ ਘਰੇ ਹੈਗਾ ਨੀ ਸੀ, ਕਹਿੰਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ। ਮੈਂ ਪੁੱਤ ਆਟਾ ਹੈਗਾ ਨੀ, ਆਟਾ ਆਂਢ ਗੁਆਂਢ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ। ਆਂਦੀ ਭੈਣ ਜੀ ਆਟਾ ਸਾਡੇ ਘਰੇ ਨਹੀਂ ਹੈਗਾ, ਸਾਡੀ ਮੰਮੀ ਗਈ ਸੀ ਆਟਾ ਲੈਣ, ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਓਦਾਂ ਹੀ ਭੇਜਣਾ ਪੈ ਗਿਆ। ਦਿਲ ਨੂੰ ਝੰਜੋੜ ਦੇਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਇਹ ਵੀਡੀਓ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਨਾਲ ਲੱਗਦੇ ਪਿੰਡ ਸੈਦੇ ਕੇ ਨੌਲ ਦੀਆਂ ਹਨ, ਜਿੱਥੇ ਕਿ ਇੱਕ ਨਰਸਰੀ ਕਲਾਸ 'ਚ ਪੜ੍ਹਦੇ ਬੱਚੇ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਬੱਚੇ ਨੇ ਬੇਹੱਦ ਹੀ ਦਰਦ ਭਰੇ ਸ਼ਬਦਾਂ ਦੇ ਵਿੱਚ ਆਪਣੇ ਅਧਿਆਪਕ ਨੂੰ ਦੱਸਿਆ ਸੀ ਕਿ ਉਸਦੇ ਘਰ ਵਿੱਚ ਅੱਜ ਆਟਾ ਨਹੀਂ ਸੀ ਅਤੇ ਉਸਨੇ ਰੋਟੀ ਨਹੀਂ ਖਾਧੀ ਹੈ। ਜਿਸ ਅਧਿਆਪਕ ਨੇ ਉਸ ਬੱਚੇ ਨੂੰ ਇਹ ਪੁੱਛਿਆ ਸੀ, ਉਸਨੇ ਕਿਹਾ ਕਿ ਜਦ ਬੱਚੇ ਨੇ ਇਹ ਸ਼ਬਦ ਬੋਲੇ ਤਾਂ ਉਸਦੀ ਵੀ ਅੰਦਰੋਂ ਚੀਕ ਨਿਕਲ ਗਈ। ਅਧਿਆਪਕ ਨੇ ਕਿਹਾ ਕਿ ਉਸਨੇ ਤੁਰੰਤ ਉਸ ਬੱਚੇ ਨੂੰ ਰਸੋਈ ਦੇ ਵਿੱਚ ਲਿਜਾ ਕੇ, ਜੋ ਕਿ ਸਕੂਲ ਦੀ ਰਸੋਈ ਸੀ, ਉੱਥੇ ਖਾਣਾ ਖਵਾਇਆ। ਅਤੇ ਬਾਅਦ ਵਿੱਚ ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਬੱਚੇ ਦੇ ਘਰ ਦੇ ਵਿੱਚ ਸਮਾਜ ਸੇਵੀ ਲੋਕਾਂ ਦਾ ਵੀ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ। ਪਰ ਵੱਡੀ ਹੈਰਾਨੀ ਦੀ ਗੱਲ ਇਸ ਮੌਕੇ ਇਹ ਵੀ ਵੇਖਣ ਨੂੰ ਮਿਲੀ ਹੈ ਕਿ ਇਸ ਬੱਚੇ ਦੀ ਮਾਤਾ ਨੇ ਕਿਹਾ ਹੈ ਕਿ ਉਹਨਾਂ ਦੇ ਘਰ ਵਾਕਈ ਹੀ ਉਸ ਦਿਨ ਆਟਾ ਨਹੀਂ ਸੀ, ਪਰ ਜਦੋਂ ਗੁਆਂਢੀਆਂ ਦੇ ਘਰਾਂ ਦੇ ਵਿੱਚੋਂ ਵੀ ਆਟਾ ਮੰਗਣ ਦੇ ਲਈ ਉਸਦੀ ਮਾਂ ਗਈ ਤਾਂ ਕਿਸੇ ਨੇ ਵੀ ਉਸਨੂੰ ਆਟਾ ਨਹੀਂ ਦਿੱਤਾ ਹੈ। ਇਹ ਸਭ ਸੁਣ ਕੇ ਸਾਰਿਆਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਕਿ ਜੇਕਰ ਕਿਸੇ ਨੂੰ ਕਿਸੇ ਵੇਲੇ ਅਜਿਹੀ ਜ਼ਰੂਰਤ ਪੈ ਜਾਂਦੀ ਹੈ ਤਾਂ ਸਾਡੀ ਇਨਸਾਨੀਅਤ ਕਿੱਥੇ ਮਰੀ ਹੁੰਦੀ ਹੈ। ਅਜਿਹੇ ਆਂਢ ਗੁਆਂਢ ਦਾ ਕੀ ਫਾਇਦਾ ਜੋ ਕਿਸੇ ਨੂੰ ਇੱਕ ਵੇਲੇ ਦੇ ਆਟੇ ਨੂੰ ਵੀ ਉਧਾਰ ਦੇ ਤੌਰ 'ਤੇ ਵੀ ਨਹੀਂ ਦੇ ਸਕਦੇ ਹਨ। ਇਸ ਮੌਕੇ ਅਧਿਆਪਕ ਲਖਵਿੰਦਰ ਸਿੰਘ, ਜਿਸ ਦੇ ਨਾਲ ਇਸ ਬੱਚੇ ਦੀ ਗੱਲਬਾਤ ਹੋਈ ਸੀ, ਉਸਨੇ ਕਿਹਾ ਕਿ ਉਸਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਬੱਚੇ ਦੀ ਮਦਦ ਦੇ ਮੰਤਵ ਦੇ ਨਾਲ ਪਾਈ ਸੀ, ਤਾਂ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ। ਅਤੇ ਇਹ ਵੀਡੀਓ 5 ਸਾਲ ਦੇ ਬੱਚੇ ਅੰਮ੍ਰਿਤ ਦੀ ਇੰਨੀ ਤੇਜ਼ੀ ਨਾਲ ਵਾਇਰਲ ਹੋਈ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਜਿੱਥੇ ਘਰ ਪਹੁੰਚ ਰਹੀਆਂ ਹਨ, ਉੱਥੇ ਹੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਵੀ ਆ ਰਹੇ ਹਨ। ਉੱਧਰ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤ ਦੀ ਮਾਤਾ ਕੁਲਦੀਪ ਕੌਰ ਨੇ ਹੋਰ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਸਦਾ ਪਿਤਾ ਰੋਜ਼ੀ ਰੋਟੀ ਦੇ ਲਈ ਦਿਹਾੜੀ ਕਰਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਉਸ ਦੀਆਂ ਅੱਖਾਂ ਦੇ ਵਿੱਚ ਸਪਰੇਅ ਪੈ ਗਈ ਸੀ, ਜਿਸ ਕਰਕੇ ਕਾਫ਼ੀ ਘਰ ਦਾ ਗੁਜ਼ਾਰਾ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ। ਕੀ ਹੈ ਸਾਰਾ ਮਾਮਲਾ, ਆਓ ਸੁਣਦੇ ਹਾਂ।
ਬ੍ਰਦਰ ਇਹ ਬੱਚਾ ਅੰਮ੍ਰਿਤ ਆ, ਇਸ ਬੱਚੇ ਦੀ ਵੀਡੀਓ ਆ। ਇਹ ਬੱਚਾ ਮੇਰੇ ਕੋਲ ਕਾਫੀ ਚੈੱਕ ਕਰਾਉਣ ਆਇਆ, ਰੂਟੀਨ ਵਾਈਜ਼ ਜਿਵੇਂ ਕੰਮ ਲੈਂਦੇ ਆ। ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ। ਕੋਈ ਏਦਾਂ ਨੀ ਇੰਸੀਡੈਂਟ ਨੀ ਸੀ, ਕੋਈ ਵੀ ਜਾਣ ਬੁੱਝ ਕੇ ਬਣਾਈ ਗਈ ਆ। ਮੈਂ ਉਹਨੂੰ ਨੈਚੁਰਲੀ ਪੁੱਛਿਆ, ਬੇਟੇ ਤੂੰ ਇਹ ਆਂਦਾ ਮੈਂ ਕੰਮ ਨੀ ਕੀਤਾ, ਡਰਦਾ ਮਾਰਾ ਇਹਨਾਂ ਵੀ ਮੈਂ ਅਜੇ ਕੰਮ ਨੀ ਕੀਤਾ। ਤੇ ਮੈਂ ਆਖਿਆ ਵੀ ਤੂੰ ਕੀਤਾ ਕਿਉਂ ਨੀ, ਤੇਰੇ ਕੁੱਟ ਮਾਰ ਗਈ ਥੋੜੀ ਬਹੁਤੀ, ਪਿਆਰ ਨਾਲ ਕਿਹਾ। ਉਹ ਬੱਚੇ ਨੂੰ ਮੈਂ ਰੂਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਏ ਹੋ। ਮੈਂ ਉਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ, ਕਹਿੰਦਾ ਜੀ ਇੱਕ ਮੈਂ ਤਾਂ ਕੁੱਝ ਨੀ ਖਾ ਕੇ ਆਇਆ ਤੇ ਘਰੇ ਆਟਾ ਹੀ ਹੈਨੀ ਸੀ। ਵਾਕਈ ਬੱਚੇ ਨੂੰ ਮੈਂ ਪਿਆਰ ਦਿੱਤਾ, ਮੈਂ ਆਪਦੇ ਨਾਲ ਲਾਇਆ, ਮੇਰੀ ਵੀ ਚੀਕ ਨਿਕਲੀ ਇੱਕ ਵਾਰੀ। ਤਾਂ ਮੈਂ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਭਰਾ। ਤੇ ਉਦੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ, ਵਾਕਈ ਗੱਲ ਏਦਾਂ ਸੀ। ਉਹਦੀ ਮੰਮੀ ਕਹਿੰਦੀ ਸਰ ਵੀ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਹਾਂ ਤੇ ਨਹੀਂ ਮਿਲਿਆ, ਫਿਰ ਅਸੀਂ ਰਾਈਸ ਬਣਾਏ, ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ, ਸਵੇਰੇ ਸਵੇਰੇ ਰਾਈਸ ਬੱਚਿਆਂ ਨੇ ਨਹੀਂ ਖਾਧੀ। ਉਹ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ, ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ, ਠੀਕ ਹੈ ਨਾ। ਤੇ ਉਹ ਏਦਾਂ ਹੀ ਬੱਚੇ ਨੇ ਇਹਨੇ ਬੋਲਿਆ ਜਿੱਦਾਂ ਕਿਸੇ ਧੰਨਵਾਦ ਆ ਜੀ। ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ, ਕਿਉਂਕਿ ਕਈ ਸਕੀਮਾਂ ਏਦਾਂ ਦੀਆਂ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ, ਉਹ ਕਿਤੇ ਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਬਹਿਰ ਨੀ ਕੀਤਾ ਜਾਂਦਾ, ਵੀ ਉਹਨਾਂ ਨੂੰ ਜਾਗਰੂਕਤਾ ਨੀ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ। ਮੈਨੂੰ ਕਿਸੇ ਨਾਲ ਲੇਡੀਜ਼ ਨਾਲ ਗੱਲ ਹੋਈ ਸੀ, ਉਹਨਾਂ ਦੇ ਬੜੀਆਂ ਸਕੀਮਾਂ ਸਰ, ਡੀਸੀ ਸਾਹਿਬ ਨਾਲ ਮਿਲੋ ਤੁਸੀਂ, ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆਹ ਹਾਲਾਤ ਆ। ਕਹਿੰਦੇ ਜ਼ਰੂਰ ਮਦਦ ਕਰਨਗੇ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਸਮਾਰਟ ਸਕੂਲ ਸੈਦੇ ਗਿੰਦੋਲ ਦੀ ਹੈ, ਜੋ ਕਿ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ, ਬਲਾਕ ਮਮਦੋਟ ਹੈ ਸਕੂਲ ਦਾ। ਹਾਂਜੀ ਇਹ ਵੀਡੀਓ ਬਿਲਕੁਲ ਸੱਚ ਹੈ, ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਹੈ। ਸਾਡੀ ਤਾਂ ਖੁਦ ਦੀ ਆਤਮਾ ਰੋ ਪਈ ਜਦੋਂ ਬੱਚੇ ਨੇ ਗੱਲ ਕੀਤੀ ਕਿ ਘਰ ਵਿੱਚ ਆਟਾ ਹੀ ਨਹੀਂ ਸੀ। ਫਿਰ ਅਸੀਂ ਬੱਚੇ ਨੂੰ ਜਲਦੀ ਜਲਦੀ ਕਿਚਨ ਵਿੱਚ ਲੈ ਕੇ ਗਏ, ਕਿਉਂਕਿ ਮਿਡ ਡੇ ਮੀਲ ਬਣ ਰਿਹਾ ਸੀਗਾ, ਹਲੇ ਰੈਡੀ ਨਹੀਂ ਸੀਗਾ। ਫਿਰ ਇਹਨੂੰ ਪਹਿਲਾਂ ਖਾਣਾ ਖਵਾ ਕੇ ਲਿਆਂਦਾ, ਹੋਰ ਵੀ ਇਹਦੇ ਨਾਲ ਦੇ ਕਈ ਬੱਚੇ ਨੇ ਸਕੂਲ ਦੇ ਵਿੱਚ, ਜਿਹੜੇ ਬਹੁਤ ਦਿਨ ਵੀ ਘਰ ਦੇ ਹਾਲਾਤ ਹੀ ਅਜਿਹੇ ਹੁੰਦੇ ਨੇ ਕਿ ਭੁੱਖੇ ਆ ਜਾਂਦੇ ਨੇ ਸਕੂਲ। ਫਿਰ ਅਸੀਂ ਇਹਨਾਂ ਛੋਟੇ ਬੱਚਿਆਂ ਨੂੰ ਖਾਣਾ ਜਲਦੀ ਖਵਾ ਦਿੰਦੇ ਹਾਂ। ਸਾਡੇ ਘਰ ਅੱਜ ਆਟਾ ਨੀ ਸੀਗਾ ਮੈਡਮ, ਮੈਂ ਗਲੀ ਗੁਆਂਢ ਦੋ ਤਿੰਨ ਘਰਾਂ ਚ ਮੰਗਣ ਵੀ ਗਈ ਪਰ ਮਿਲਿਆ ਨੀ ਕਿਸੇ ਘਰੋਂ ਆਟਾ। ਫਿਰ ਚਾਵਲ ਬਣਾਏ ਸੀ ਤੇ ਉਹ ਬੱਚੇ ਨੇ ਖਾਧੇ ਨੀ। ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ। ਹਾਂਜੀ ਹਾਂਜੀ, ਕਾਫੀ ਲੋਕ ਜਿੰਨੀ ਕੋਈ ਹੈਲਪ ਜੋਗੇ ਹੈਗੇ ਸੀ, ਲੋਕਾਂ ਨੇ ਇਹਨਾਂ ਦੀ ਹੈਲਪ ਬਹੁਤ ਕੀਤੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚੇ ਦੇ ਪਰਿਵਾਰਕ ਸਥਿਤੀ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕੀਤੀ। ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਬੱਚੇ ਦੀ ਹੈਲਪ ਬਾਰੇ ਕੀ ਕੁਝ? ਹਾਂਜੀ ਪੰਜਾਬ ਸਰਕਾਰ ਤਾਂ ਸਮੇਂ ਸਮੇਂ ਤੇ ਬੱਚਿਆਂ ਨੂੰ ਬਹੁਤ ਸਹਾਇਤਾ ਦੇ ਰਹੀ ਹੈ। ਬੱਚਿਆਂ ਵਾਸਤੇ ਮਿਡ ਡੇ ਮੀਲ ਸਕੂਲਾਂ ਵਿੱਚ ਮੁਹੱਈਆ ਹੁੰਦਾ ਹੈ, ਜੋ ਕਿ ਬੱਚੇ ਇੱਥੋਂ ਖਾ ਕੇ ਜਾਂਦੇ ਨੇ। ਕਈ ਵਾਰੀ ਤਾਂ ਇਹ ਜੀ ਕੰਡੀਸ਼ਨ ਹੁੰਦੀ ਕਿ ਬੱਚੇ ਟਿਫਨ ਚ ਕਹਿਣਗੇ ਮੈਡਮ ਸਾਨੂੰ ਘਰ ਵਾਸਤੇ ਵੀ ਪਾ ਦਿਓ, ਜੇ ਅਸੀਂ ਘਰ ਵੀ ਲੈ ਕੇ ਜਾਣਾ ਹੈ। ਜੋ ਬਚਦਾ ਹੈ ਅਸੀਂ ਬੱਚਿਆਂ ਨੂੰ ਹੀ ਪਾ ਦਈਦਾ ਇਹਨਾਂ ਦੇ ਟਿਫਨ ਚ। ਕੀ ਕਾਰਨ ਕੀ ਹੈ ਕਿ ਹਾਲਾਤ ਕਰਕੇ ਇਸ ਤਰ੍ਹਾਂ ਦੇ ਹੋ ਗਏ? ਇਹ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਦੇ ਘਰ ਦੇ, ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਂਦਾ ਜਾਂ ਦੋਨੇ ਨਹੀਂ ਜਾਂਦੇ, ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ। ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ, ਕਿਉਂਕਿ ਦਿਹਾੜੀ ਓਨੀ ਮਜ਼ਦੂਰੀ ਦਿਹਾੜੀਆਂ ਵੱਧਦੀਆਂ ਹੀ ਨਹੀਂ ਪਈਆਂ ਜਿਹੜੇ ਘਰ ਦੇ ਖਰਚੇ ਪੂਰੇ ਹੋ ਸਕਣ।
ਕਿੰਨੇ ਬੱਚੇ ਨੇ ਤੁਹਾਡੇ? ਬੱਚੇ ਵੀਰੇ ਮੇਰੇ ਦੋ ਹੀ ਨੇ। ਸਾਨੂੰ ਮਜਬੂਰੀ ਤੌਰ ਤੇ ਵੀਰੇ ਓਦਾਂ ਹੀ ਭੇਜਣਾ ਪੈ ਗਿਆ ਬੱਚੇ ਨੂੰ, ਕਿਉਂਕਿ ਸਾਡਾ ਨੀ ਜੀ ਕਰਦਾ ਅਸੀਂ ਵੀ ਆਪਦੇ ਪੁੱਤ ਨੂੰ ਏਦਾਂ ਭੇਜੀਏ। ਸਾਡਾ ਵੀ ਕਾਲਜ ਪੜ੍ਹਦਾ ਵੀ ਸਾਡੇ ਜਵਾਕ ਭੁੱਖੇ ਜਾ ਰਹੇ ਅੱਜ, ਜੇ ਕੁਛ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ, ਟਿਫਨ ਭੇਜਦੇ ਜਾਂ ਖਵਾ ਕੇ ਕੁਝ ਭੇਜਦੇ ਜਿੰਨੇ ਜੋਗੇ। ਪਿਛਲੀ ਗਰਮੀ ਇਹਦੇ ਪਾਪਾ ਦੀਆਂ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ, ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨੀ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ। ਜੋ ਕੱਪੜਾ ਲੀੜਾ ਸਾਰਾ ਇਹਨੂੰ ਖੁਦ ਨੂੰ ਫੜਾਉਣਾ ਸਾਨੂੰ ਪੈਂਦਾ ਸੀ ਅੱਖਾਂ ਤੋਂ, ਸਾਰੇ ਪਿੰਡ ਨੂੰ ਪਤਾ ਵੀ ਇਹਦੀਆਂ ਅੱਖਾਂ ਤੋਂ ਦਿਸਣਾ ਹੀ ਇਹਨਾਂ ਨੂੰ ਬੰਦ ਹੋ ਗਿਆ ਸੀ। ਦਵਾਈ ਇਹਦੀ ਚੱਲਦੀ ਰਹੀ ਫਾਜ਼ਿਲ ਕੀ ਜਲਾਲਾਬਾ ਫਾਜ਼ਿਲ ਕੀ ਦਿੱਲੀ ਵਾਲੇ ਡਾਕਟਰ ਕੋਲੋਂ, ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿੱਚੋਂ ਅਗਾਹ ਪੈ ਜਾਂਦੇ ਸੀ ਕਿਉਂਕਿ ਪੈਸਿਆਂ ਦੇ ਕਾਰਨ ਵੀ ਨਹੀਂ ਪੈਸੇ ਹੈਗੇ ਸੀ, ਦਵਾਈ ਵੀ ਨਹੀਂ ਲਿਆਂਦੀ ਜਾਂਦੀ ਸੀ। ਵੀਡੀਓ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ, ਕਿਸ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਦਾਨੀ ਸੱਜਣਾਂ ਨੇ ਕੋਈ ਬਾਹਰ ਪਈ ਵੀਰ? ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀਰ ਆਂਦੇ ਸੀ ਅਸੀਂ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਜੋਗੇ ਹੋਏ, ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ। ਵੀ ਫੋਨ ਤੇ ਕਹੀ ਜਾਂਦੇ ਵੀ ਹਾਂਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਵੀ ਜਿੰਨੇ ਜੋਗੇ ਹੈਗੇ ਭੈਣ ਜੀ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ। ਬਹੁਤ ਜ਼ਿਆਦਾ ਝੰਜੋੜਿਆ ਗਿਆ, ਆਟਾ ਸਾਡੇ ਘਰੇ ਨਹੀਂ ਹੈ, ਕੀ ਕਹਿਣਾ ਚਾਹੋਗੇ? ਹਾਂਜੀ ਸਾਰੇ ਬਹੁਤ ਵੀਡੀਓ ਵਾਇਰਲ ਹੋਈ ਹੈ, ਇਸ ਚੀਜ਼ ਚ ਬਹੁਤ ਨਬੋਚੀ ਹੁੰਦੀ ਕਿ ਲੋਕੀ ਲੰਗਰ ਬਾਹਰ ਬਹੁਤ ਲੰਗਰ ਲਾ ਰਹੇ ਆ ਪਰ ਪਿੰਡ ਦੀ ਹਾਲਤ ਨੂੰ ਨੀ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖਣ ਪਹਿਲਾਂ ਪਿੰਡ ਦੇ ਬੱਚਿਆਂ ਨੂੰ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਨੂੰ। ਜਿਹੜੀਆਂ ਕਈ ਸੰਸਥਾਵਾਂ ਕਵਾਂਗੇ ਕਿ ਇਹੋ ਜਿਹੇ ਬੱਚੇ ਹੋਰ ਵੀ ਆ ਤੇ ਇਹ ਵੀ ਇਹਨਾਂ ਬੱਚਿਆਂ ਸਾਰਿਆਂ ਦੀ ਬਾਂਹ ਫੜੋ, ਜਿਹੜੇ ਆਪਾਂ ਵੇਸ ਲੰਗਰ ਵੱਧ ਲਾਉਂਦੇ ਉਹਨਾਂ ਚੀਜ਼ਾਂ ਨੂੰ ਨਾ ਲਾਓ, ਇਹਨਾਂ ਬੱਚਿਆਂ ਨੂੰ ਸਹੂਲਤ ਦਿਓ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਰਾਂ ਦੇ ਗਰੀਬ ਬੱਚੇ ਆ। ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, ਪੰਜਾਬ ਟੁਡੇ।